ਲਈ ਬਹੁਤ ਸਾਰੇ ਮੌਕੇ ਇਦਾਂ ਦੇ ਆਉਂਦੇ ਰਹਿੰਦੇ ਨੇ ਜਦੋਂ ਦੁਸ਼ਮਣ ਕਿਸੇ ਨਾ ਕਿਸੇ ਤਰੀਕੇ ਨਾਲ ਭਾਰਤ ਦੇ ਖੇਤਰ ਦੇ ਵਿੱਚ ਦਹਿਸ਼ਤਗਰਦੀਆਂ ਜਾਂ ਕੋਈ ਹੋਰ ਡਰੱਗਸ ਦੀਆਂ ਜਾਂ ਕੋਈ ਹੋਰ ਡਰੋਨ ਸਮੱਸਿਆ ਅੱਜ ਕੱਲ੍ਹ, ਪਰ ਸਾਡੀ ਫੌਜ ਕਰਕੇ ਅਸੀਂ ਸੇਫ ਹਾਂ। ਜਿਸ ਵੇਲੇ ਅਸੀਂ ਆਪਣੇ ਬੱਚਿਆਂ ਸਮੇਤ ਏਸੀ ਲਾ ਕੇ ਆਪਣੇ ਕਮਰਿਆਂ 'ਚ ਉੱਤੇ ਪਏ ਹੁੰਦੇ ਹਾਂ, ਉਸ ਵੇਲੇ ਸਾਡੇ ਇਹ ਬਹਾਦਰ ਯੋਧੇ ਜੈਸਲਮੇਰ ਦੇ ਟਿੱਬਿਆਂ 'ਚ -50 ਤੋਂ 50 ਡਿਗਰੀ ਤੋਂ ਉੱਪਰ, 50 ਡਿਗਰੀ ਤੋਂ ਉੱਪਰ ਗਰਮੀ ਦੇ ਵਿੱਚ ਆਪਣੀ ਰੱਖਿਆ ਕਰ ਰਹੇ ਹੁੰਦੇ ਨੇ, ਅਤੇ ਜਿਸ ਵੇਲੇ ਆਪਾਂ ਆਪਣੇ ਕਮਰਿਆਂ 'ਚ ਹੀਟਰ ਲਾ ਕੇ ਸੁੱਤੇ ਪਏ ਹੁੰਦੇ ਹਾਂ ਕਿ ਸਾਨੂੰ ਠੰਡ ਨਾ ਲੱਗੇ, ਉਸ ਵੇਲੇ ਇਹ ਟਾਈਗਰ ਹਿੱਲ ਵਰਗੀਆਂ ਪਹਾੜੀਆਂ 'ਤੇ ਸਾਡੀ ਰੱਖਿਆ ਕਰ ਰਹੇ ਹੁੰਦੇ ਨੇ। ਸੋ ਅੱਜ ਉਹਨਾਂ ਨੂੰ ਸਲੂਟ ਕਰਨ ਦਾ ਟਾਈਮ ਹੈ। ਸਿਰਫ ਇਹੀ ਨਹੀਂ ਕਿ ਆਪਾਂ ਨੂੰ ਉਸੇ ਦਿਨ ਹੀ ਯਾਦ ਕਰੀਏ ਜਿਸ ਦਿਨ ਦਿਨ ਹੋਵੇ, ਉਹਨਾਂ ਦੇ ਪਰਿਵਾਰਾਂ ਦੀ ਹਮੇਸ਼ਾ ਜਿਸ ਸੰਭਵ ਵੀ ਮਦਦ ਹੋਵੇ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੋਇਆ ਕਿ ਜਿਹੜਾ ਦੇਸ਼ ਦੀ ਸਰਹੱਦ 'ਤੇ ਜਾਂ ਡਿਊਟੀ ਦੌਰਾਨ ਫੌਜੀ ਜਵਾਨ ਸ਼ਹੀਦ ਹੋਊਗਾ ਤਾਂ ਉਹਨੂੰ 1 ਕਰੋੜ ਰੁਪਈਆ ਉਹਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ 'ਤੇ ਮਿਲੂਗਾ। ਹਾਲਾਂਕਿ 1 ਕਰੋੜ ਰੁਪਈਆ ਕਿਸੇ ਸ਼ਹੀਦ ਦੀ ਜ਼ਿੰਦਗੀ ਦੀ ਵੈਲਿਊ ਨਹੀਂ ਹੈਗੀ, ਪਰ ਪਰਿਵਾਰ ਨੂੰ ਕੋਈ ਆਰਥਿਕ ਤੰਗੀ ਨਾ ਆਵੇ ਇਸ ਕਰਕੇ ਜਿਹੜਾ ਅਸੀਂ ਉਹ 1 ਕਰੋੜ ਦੀ ਰਾਸ਼ੀ ਰੱਖੀ ਹੈ। ਅਤੇ ਅੱਜ ਮੈਂ ਫੌਜ ਦੇ ਜਿੰਨੇ ਵੀ ਆਫਿਸਰ ਸਾਹਿਬਾਨ ਆਏ ਨੇ, ਪੁਰਾਣੇ ਰਿਟਾਇਰਡ ਬ੍ਰਿਗੇਡੀਅਰਸ, ਕਰਨਲਸ, ਜਨਰਲਸ ਔਰ ਜਿੰਨੇ ਵੀ ਫੌਜ ਨਾਲ ਰਿਲੇਟਡ ਅਪਕਮਿੰਗ, ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੋਂ ਬੱਚੇ ਆਏ ਨੇ, ਮਾਈ ਭਾਗੋ ਅਕੈਡਮੀ ਤੋਂ ਬੱਚੀਆਂ ਆਈਆਂ ਨੇ ਜਿਹੜੀਆਂ ਫੌਜ ਦੇ ਵਿੱਚ ਜਾਣਾ ਚਾਹੁੰਦੀਆਂ ਨੇ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਨੇ। ਮੈਂ ਉਹਨਾਂ ਸਾਰਿਆਂ ਨੂੰ ਵੀ ਵਧਾਈ ਦਿੰਦਾ ਕਿਆ ਜਿਹੜੇ ਨਾਮ ਲਿਖੇ ਹੋਏ ਨੇ 1971 ਦੇ, 65 ਦੇ, ਕਾਰਗਿਲ ਦੇ, ਇਹਨਾਂ ਨਾਵਾਂ ਨੂੰ ਜ਼ਰੂਰ ਪੜ੍ਹ ਕੇ ਜਾਇਓ ਕਿਉਂਕਿ ਉਹ ਨਾਮ ਨੇ ਜਿਨ੍ਹਾਂ ਕਰਕੇ ਅਸੀਂ ਅੱਜ ਇੱਥੇ ਆਜ਼ਾਦੀ ਨਾਲ ਘੁੰਮ ਰਹਿਣਾ। ਆਜ਼ਾਦੀ ਲੈਣਾ ਅਤੇ ਆਜ਼ਾਦੀ ਨੂੰ ਕਾਇਮ ਰੱਖਣਾ ਡਿਫਰੈਂਟ ਗੱਲਾਂ ਨੇ, ਅਤੇ ਆਜ਼ਾਦੀ ਨੂੰ ਕਾਇਮ ਰੱਖਣ ਦੇ ਵਿੱਚ ਜਿੰਨਾ ਸਾਡਾ ਯੋਗਦਾਨ ਸਾਡੀ ਫੌਜ ਪਾ ਰਹੀ ਹੈ ਉਹਨੂੰ ਮੈਂ ਦਿਲੋਂ ਸਲਿਊਟ ਕਰਦਾ। ਅਤੇ ਮੈਨੂੰ ਉਮੀਦ ਹੈ ਕਿ ਅਸੀਂ ਇੱਕ ਐਸੀ ਫੌਜ ਜਿਹੜੀ ਕਿ ਦੁਨੀਆ ਦੀ ਬੈਸਟ ਫੌਜ ਮੰਨੀ ਜਾਂਦੀ ਹੈ, ਉਹਨਾਂ ਦੀ ਰਹਿਨਮਾਈ 'ਚ, ਉਹਨਾਂ ਦੇ ਹੱਥਾਂ 'ਚ ਅਸੀਂ ਸਾਰੇ ਸੇਫ ਹਾਂ। ਜਦੋਂ ਵੀ ਕਿਤੇ ਕੋਈ ਦੁਸ਼ਮਣ ਨੇ ਕੋਸ਼ਿਸ਼ ਕੀਤੀ ਹੈ ਹਿਲਜੁਲ ਕਰਨ ਦੀ ਤਾਂ ਸਾਡੀ ਫੌਜ ਨੇ 21 ਦੇ 31 ਪਾਏ ਨੇ। ਸੋ ਮੈਂ ਸਾਰੇ ਜਿੰਨੇ ਵੀ ਸ਼ਹੀਦ ਨੇ ਕਾਰਗਿਲ ਹਿੱਲ ਦੇ, ਟਾਈਗਰ ਹਿੱਲ ਦੇ, ਮੈਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦਾ।